पापा ने ये घर ना हमारी मम्मा पहले घर हमारी मम्मा का था तो पापा ने वो घर काम वाली के नाम कर दिया, उससे शादी कर ली है। तो वो हमें डराती है धमकाती है, मार कुटाई करने की कोशिश की है। तो मैंने अपनी जान बचा के अपने आप को अंदर बंद किया, तो बाहर से अब बंद कर गई है। कह रही तेरा मैं वो हाल करूंगी मार मार कर। ਇਹਨਾਂ ਨੇ ਕਿਸੇ ਕੰਮ ਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਅਤੇ ਮੇਰੀ ਨਨਦ ਸੁਨੈਨਾ ਨੂੰ ਇੱਥੋਂ ਧੱਕੇ ਮਾਰ ਕੇ ਗੁੰਡੇ ਲਿਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਡੈਡੀ ਕੰਮ ਵਾਲੀ ਦੇ ਚੱਕਰ ਮੈਂ ਬੜੇ ਹੋਏ ਤੋ ਉਸਨੇ ਉਹ ਆ ਜਾਏ ਤੋ ਕੋਈ ਨਹੀਂ ਰੋ ਨਾ शादी कर ली है। तो वो हमें अब डराती है धमकाती है, तो आज भी वो आई है। तो आज भी उसने मेरे साथ मार कुटाई करने की कोशिश की है। तो मैंने अपनी जान बचा के अपने आप को अंदर बंद किया, तो बाहर से अब बंद कर गई है। कह रही तेरा मैं वो हाल करूंगी मार मार कर। ਕਿਹੜਾ ਇਲਾਕਾ ਹੈਗਾ ਜੀ? ਜੋਸ਼ੀ ਕਲੋਨੀ। ਹੁਣ ਕੀ ਮੰਗ ਕੀ ਕਰਦੇ ਸੀ? ਹਾਂਜੀ ਉਹਨਾਂ ਦੇ ਖਿਲਾਫ ਪਰਚੇ ਕੀ ਮੰਗ ਕੀ ਕਰਦੇ ਤੁਸੀਂ? ਹਮੇ ਇਨਸਾਫ ਕੀ ਲਾਇਆ ਜਾਏ ਉਸ ਔਰਤ ਸੇ। ਕਿੰਨੀ ਦੇਰ ਤੋਂ ਉਹਦੇ ਨਾਲ ਰਹਿ ਤੁਹਾਡੇ ਕੰਮ ਕਰਦੀ ਸੀ ਪਹਿਲੇ? ਹਾਂਜੀ ਕਿੰਨੀ ਕੁ ਦੇਰ ਤੋਂ ਪਹਿਲੇ ਤੁਹਾਨੂੰ ਕੰਮ ਕਰਦੀ ਹੈ? ਉਹ ਪਹਿਲੇ 5-6 ਮਹੀਨੇ ਕੰਮ ਕਰਦੀ ਰਹੀ ਹੈ, ਫਿਰ ਉਸਕੇ ਬਾਅਦ ਉਸਨੇ ਫਸਾ ਲਈ ਹੈ। ਹਮੇ ਸ਼ੱਕ ਹੈ ਕਿ ਉਹ ਕੋਈ ਜਾਦੂ ਟੋਣਾ ਵੀ ਕਰਦੀ ਹੈ। ਮੇਰਾ ਬਾਪ ਮੇਰਾ ਜੋ ਪਿਤਾ ਜੀ ਹੈ ਉਹ ਕਿਸੇ ਕੀ ਸੁਣਤੇ ਨਹੀਂ ਹੈ, ਜੋ ਬਸ ਵੋ ਕਹਿਤੀ ਵੋ ਹੀ ਕਰਤੇ ਹੈ। ਯੇ ਸਾਰਾ ਘਰ ਵੀ ਉਸਕੇ ਨਾਮ ਕਰ ਦਿਆ ਹੋਇਆ ਹੈ। ਮੇਰਾ ਨਾਮ ਸ਼ੈਲਿਕਾ ਹੈ। ਮੈਂ 2004 ਚ ਇੱਥੇ ਮੈਰਿਜ ਕਰਕੇ ਇੱਥੇ ਆਈ ਸੀ। ਮੇਰੇ ਸਸੂ ਰਾਮ ਨਾਲ ਜਿਹਦੇ ਤੇ ਮੈਨੂੰ ਸ਼ੁਰੂ ਤੋਂ ਹੀ ਟੋਰਚਰ ਕੀਤਾ, ਜਿਹਦੀ ਮੈਂ ਸਮੇਂ ਤੇ ਕਾਰਵਾਈ ਵੀ ਕਰਵਾਈ ਹੈ। ਲੇਕਿਨ ਹੁਣ ਇਹਨਾਂ ਨੇ, ਕਿਉਂਕਿ ਇਹ ਔਰਤਾਂ ਨਾਲ ਸ਼ੁਰੂ ਤੋਂ ਹੀ ਗਲਤ ਸੰਬੰਧ ਰੱਖਦੇ ਸੀ, ਹੁਣ ਵੀ ਇਹਨਾਂ ਨੇ ਕਿਸੇ ਕੰਮ ਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਅਤੇ ਮੇਰੀ ਨਨਦ ਸੁਨੈਨਾ ਨੂੰ ਇੱਥੋਂ ਧੱਕੇ ਮਾਰ ਕੇ ਗੁੰਡੇ ਲਿਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਹਾਂਜੀ ਮੈਂ 112 'ਤੇ ਕਾਲ ਕਰਕੇ ਫਿਰ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਆ ਚੁੱਕੀ ਹੋਈ ਹੈ, ਉਹ ਆਪਣੀ ਕਾਰਵਾਈ ਕਰ ਰਹੀ ਹੈ। ਹੁਣ ਮੰਗ ਕੀ ਕਰਦੇ ਤੁਸੀਂ? ਸਾਨੂੰ ਇਹ ਬੇਨਤੀ ਕੀ ਹੈ ਕਿ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਅਤੇ ਸਾਨੂੰ ਇੱਥੋਂ ਘਰੋਂ ਬਾਹਰ ਨਾ ਕੱਢਿਆ ਜਾਵੇ ਅਤੇ ਸਾਡੀ ਜਾਨ ਦੀ ਭਗਵੰਤ ਮਾਨ ਜੀ ਨੂੰ ਵੀ ਮੇਰੀ ਬੇਨਤੀ ਕੀ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਅਤੇ ਸਾਨੂੰ ਘਰ ਦੇ ਅੰਦਰੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ, ਇਹਨਾਂ ਗੁੰਡਿਆਂ ਕੋਲੋਂ ਬਚਾਇਆ ਜਾਵੇ। 112 ਨੰਬਰ 'ਤੇ ਕੰਪਲੇਂਟ ਆਈ ਹੈ, ਅਸੀਂ ਇੱਥੇ ਪਹੁੰਚੇ ਹਾਂ। ਪਹੁੰਚ ਕੇ ਤਾਲੇ ਲੱਗੇ ਤੇ ਇੱਥੇ ਫਲੈਂਗ ਅਫਸਰ ਅਤੇ ਸੱਦ ਲਿਆ ਦਲਜੀਤ ਸਿੰਘ ਸਬ ਇੰਸਪੈਕਟਰ, ਉਹਨਾਂ ਦੇ ਹਵਾਲੇ ਕਰਤਾ। ਉਹ ਨਹੀਂ ਸਾਨੂੰ ਪਤਾ ਪਹਿਲਾਂ ਆਪਣੇ ਮੂੰਹੋਂ ਜੋ ਕਹਿਣ ਦੇ ਹੁਣ ਡੀਲਿੰਗ ਕਰਦੇ ਪਏ ਆ, ਉਹਨਾਂ ਨੇ ਹੁਣ ਡੀਲਿੰਗ ਕਰਨੀ ਥਾਣੇ ਹਵਾਲੇ ਉਹਨਾਂ ਨੇ ਕਰਤਾ। ਅੱਜ ਹੀ ਮੌਕੇ ਤੇ ਆਏ ਇੱਥੇ, ਇਹਨਾਂ ਦਾ ਰਾਮਨਾਥ ਦਾ ਤੇ ਘਰ ਦਾ ਪਰਿਵਾਰ ਦਾ ਕੋਈ ਆਪੋ ਚ ਡਿਸੀਜ਼ ਪਿਆ ਵਾ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਤੇ ਜੋ ਇਹਨਾਂ ਬਿਆਨ ਬੁਨ ਲੈ ਕੇ ਜੋ ਬੰਦੀ ਹੋਈ ਘਰ ਵੀ ਵੇਖ ਲੈਣੀ ਆ, ਜਿਹੜੇ ਸੀਸੀ ਕੈਮਰੇ ਆਏ ਕੇ ਵੇਖ ਲਾਂਗੇ ਕਿਹੜੇ ਕਿਹੜੇ ਬੰਦੇ ਆਏ, ਜੋ ਬੰਦੀ ਕਾਰਵਾਈ ਕਰਾਂਗੇ।